ਫਗਵਾੜੇ ਦੇ ਵਿੱਚ ਆਰਗਨਾਈਜ਼ਡ ਕ੍ਰਾਈਮ ਨੂੰ ਕੰਟਰੋਲ ਕਰਨ ਵਾਸਤੇ ਕਪੂਰਥਲਾ ਪੁਲਿਸ ਅਸੀਂ ਸਾਰੇ ਇੱਕ ਪ੍ਰੀਵੈਂਟਿਵ ਇੱਕ ਮੁਹਿੰਮ ਚਲਾਈ ਹੋਈ ਹੈ ਜਿਹਦੇ ਵਿੱਚ ਅਸੀਂ ਜਿੰਨੇ ਵੀ ਇੱਦਾਂ ਦੇ ਕ੍ਰਿਮੀਨਲਸ ਗੈਂਗਸਟਰਸ ਔਰ ਇੱਦਾਂ ਦੇ ਬੰਦੇ ਹੈ ਜੋ ਕਿ ਡਿਫੋਲਟਰਸ ਹੈ ਜੋ ਸਾਡੇ ਏਰੀਏ 'ਤੇ ਆ ਕੇ ਕੋਈ ਇਲੀਗਲ ਜਾਂ ਫਿਰ ਕ੍ਰਿਮੀਨਲ ਐਕਟੀਵਿਟੀ ਕਰਨਾ ਚਾਹੁੰਦੇ ਹਾਂ ਉਹਨਾਂ ਦੀ ਪਲੈਨਿੰਗ ਕਰ ਲਏ ਅਸੀਂ ਇੱਕ ਮੁਹਿੰਮ ਚਲਾਈ ਹੋਈ ਹੈ ਜਿੱਥੇ ਅਸੀਂ ਨਾ ਪਿੱਛੇ ਵੀ ਬੰਦੇ ਰਾਊਂਡ ਅਪ ਕੀਤੇ ਹੈ ਪਿਛਲੇ ਹਫਤੇ ਵੀ ਅਸੀਂ 7 ਵੈਪਨਸ ਰਿਕਵਰ ਕੀਤੇ ਸੀ ਇਸ ਹਫਤੇ ਵੀ ਅਸੀਂ 2 ਡਿਫਰੈਂਟ 3 ਵਾਰਦਾਤੋਂ ਮੇ 7 ਵੈਪਨਸ ਟੋਟਲ ਰਿਕਵਰ ਕੀਤੇ ਹਨ ਉਹਦੇ ਵਿੱਚ ਸਭ ਤੋਂ ਪਹਿਲਾਂ ਜੋ ਪਿਛਲੇ ਹਫਤੇ ਅਸੀਂ 3 ਬੰਦੇ ਰਾਊਂਡ ਅਪ ਕੀਤੇ ਸੀ ਫਰਦਰ ਇੰਟਰੋਗੇਸ਼ਨ ਦੇ ਦੌਰਾਨ ਉਹਨਾਂ ਤੋਂ ਹੀ ਅਸੀਂ 3 ਵੈਪਨਸ ਫਰਦਰ 5 ਵੈਪਨਸ ਫਰਦਰ ਰਿਕਵਰ ਕੀਤੇ ਹੈ ਉਹਨਾਂ ਦੇ ਨਾਮ ਹੈ ਸੁਖਵੰਤ ਸਿੰਘ ਅਜੇ ਕੁਮਾਰ ਔਰ ਰੋਸ਼ਨ ਸਿੰਘ ਹੈ ਨਾ ਇਹਨਾਂ ਤੋਂ ਅਸੀਂ 5 ਵੈਪਨ ਫਰਦਰ ਰਿਕਵਰ ਕੀਤੇ ਹੈ ਜਿਹੜੇ ਹੈ ਤੁਹਾਡੇ 5 ਪਿਸਟਲ 32 ਬੋਰ ਹੈ ਨਾ ਔਰ ਫਰਦਰ ਅਸੀਂ 16 ਰਾਊਂਡਸ ਰਿਕਵਰ ਕੀਤੇ ਹੋਏ ਹੈ ਪਿੱਛੇ ਵੀ ਇਹਨਾਂ ਦੇ ਨਾਲ ਇੱਕ ਗੱਡੀ ਸਵਿਫਟ ਗੱਡੀ ਉਹੀ ਸੀ ਔਰ ਇੱਕ ਦੇਸੀ ਕੱਟਾ ਫਰਦਰ 2 ਦਿਨ ਪਹਿਲੇ ਵੀ 3 ਦਿਨ ਪਹਿਲੇ ਇੱਕ ਇੱਥੇ ਸਨੈਚਿੰਗ ਹੋਈ ਸੀ ਜਿੱਥੇ ਜਿਹੜੇ ਮਨੀ ਐਕਸਚੇਂਜ ਵਾਲੇ ਬੰਦੇ ਹੈ ਜੋ ਆਪਣੀ ਰਿਕਵਰੀ ਕਰਕੇ ਰਾਸਤੇ ਦੇ ਵਿੱਚ ਜਾ ਰਹੇ ਸੀ ਉਹਨਾਂ ਨੂੰ 2 ਬੰਦੇ ਨੂੰ ਲੁੱਟ ਕੇ ਉਹਨਾਂ ਤੋਂ ਕਰੀਬ ਕੁਛ ਪੈਸੇ ਉਨਸੇ ਸਨੈਚ ਕਰ ਲਏ ਥੇ ਉਹ ਅਸੀਂ ਬੰਦੇ ਰਾਊਂਡ ਅਪ ਕਰ ਲਈਏ ਉਹਨਾਂ ਦਾ ਨਾਮ ਹੈ ਅਵਤਾਰ ਸਿੰਘ ਉਰਫ ਰਾਣਾ ਰਾਕੇਸ਼ ਕੁਮਾਰ ਉਰਫ ਰਿੱਕੀ ਇਹ ਦੋਨੋਂ ਬੰਦੇ ਤੋਂ ਅਸੀਂ ਇੱਕ ਪਿਸਟਲ 7.65 5 ਰਾਊਂਡ ਲਾਈਵ ਇਹ ਰਿਕਵਰ ਕੀਤਾ ਹੈ ਇੱਕ ਦਾਤਰ ਲੋਹਾ ਮੋਟਰਸਾਈਕਲ ਨੰਬਰੀ PB32 S9002 ਸਪਲੈਂਡਰ 2 ਮੋਬਾਈਲ ਫੋਨ ਅਤੇ 2700 ਰੁਪਿਆ ਇਹ ਅਸੀਂ ਇਹਨਾਂ ਤੋਂ ਰਿਕਵਰ ਕੀਤਾ ਹੋਇਆ ਇਹਨਾਂ ਨੇ ਪਿੱਛੇ ਆ ਵੀ ਅਸੀਂ ਵੀ ਆਰ ਵੈਰੀਫਾਈਂਗ ਇਹਨਾਂ ਨੇ ਪਿੱਛੇ ਵੀ ਲੁੱਟਾਂ ਖੋਹ ਕਾਫੀ ਕੀਤੀ ਹੋਈ ਹੈ ਇੱਦਾਂ ਹੀ ਸੇਮ ਟਾਈਪ ਕਿ ਜਿੰਨੇ ਬੰਦੇ ਰਿਕਵਰੀ ਜੋ ਲੈ ਕੇ ਆਉਂਦੇ ਹੈ ਕਮੇਟੀਆਂ ਕੇ ਪੈਸੇ ਜਾਂ ਫਰਦਰ ਕੋਈ ਜਮ੍ਹਾਂ ਕਰਾਉਂਦਾ ਉਹ ਲੁੱਟ ਖੋਹ ਇਹ ਕਰਦੇ ਹੈ ਤੀਜਾ ਅਸੀਂ ਇੱਕ ਬੰਦਾ ਜਿੱਦਾਂ ਕਿ ਸਾਨੂੰ ਇਨਫੋਰਮੇਸ਼ਨ ਸੀ ਕਿ ਇੱਕ ਬੰਦਾ ਇੱਥੇ ਕੋਈ ਆ ਕੇ ਨਾ ਫਗਵਾੜੇ ਦੇ ਵਿੱਚ ਰਹਿ ਰਿਹਾ ਹੈ ਜਿਹਦੇ ਕੋਲ ਪੋਜੈਸ਼ਨ ਦੇ ਵਿੱਚ ਇੱਕ ਇਲੀਗਲ ਵੈਪਨ ਹੈ ਐਂਡ ਹੀ ਇਜ਼ ਇਨਵੋਲਵਡ ਇਨ ਵੇਰੀਅਸ ਕ੍ਰਿਮੀਨਲ ਐਕਟੀਵਿਟੀਜ਼ ਡਿਊਰਿੰਗ ਚੈਕਿੰਗ ਐਂਡ ਸਰਚ ਅਸੀਂ ਇੱਕ ਬੰਦੇ ਨੂੰ ਰਾਊਂਡ ਅਪ ਕੀਤਾ ਹੈ ਇਹਦਾ ਨਾਮ ਹੈ ਦਿਲਦਾਰ ਸਿੰਘ ਔਰ ਇਹ ਅੰਮ੍ਰਿਤਸਰ ਦਾ ਰਹਿਣ ਵਾਲਾ ਹੈ ਇਹਦੇ ਤੋਂ ਅਸੀਂ ਇੱਕ ਪਿਸਟਲ ਬਰੇਟਾ ਇਹ ਰਿਕਵਰ ਕੀਤਾ ਹੈ 15 ਲਾਈਵ ਰਾਊਂਡਸ 9,80,000 ਰੁਪਿਆ ਇੱਕ ਕਾਰ ਸਵਿਫਟ PB02 EP7800 ਔਰ 6 ਪਾਸਪੋਰਟ ਅਸੀਂ ਰਿਕਵਰ ਕੀਤੇ ਹੋਏ ਹੈ ਫਰਦਰ ਇਨਵੈਸਟੀਗੇਸ਼ਨ ਅਸੀਂ ਕਰ ਰਹੇ ਹਾਂ ਕਿ ਕਿੱਥੋਂ ਇਹ ਪੈਸਾ ਲੈ ਕੇ ਆਇਆ ਔਰ ਵੈਪਨ ਵੀ ਕਿੱਥੋਂ ਖਰੀਦਿਆ ਇਹਨਾਂ ਨੇ ਔਰ ਕਿਸ ਐਕਟੀਵਿਟੀ ਵਾਸਤੇ ਇਹਨਾਂ ਨੇ ਵੈਪਨ ਔਰ ਇਹ ਪੈਸੇ ਇਹਨੂੰ ਮੋਹਿਆ ਹੋਏ ਫਗਵਾੜੇ ਦੇ ਵਿੱਚ ਆਰਗਨਾਈਜ਼ਡ ਕ੍ਰਾਈਮ ਨੂੰ ਕੰਟਰੋਲ ਕਰਨ ਵਾਸਤੇ ਕਪੂਰਥਲਾ ਪੁਲਿਸ ਅਸੀਂ ਸਾਰੇ ਪ੍ਰੀਵੈਂਟਿਵ ਇੱਕ ਮੁਹਿੰਮ ਚਲਾਈ ਹੋਈ ਹੈ ਜਿਹਦੇ ਵਿੱਚ ਅਸੀਂ ਜਿੰਨੇ ਵੀ ਇੱਦਾਂ ਦੇ ਕ੍ਰਿਮੀਨਲਸ ਗੈਂਗਸਟਰਸ ਔਰ ਇੱਦਾਂ ਦੇ ਬੰਦੇ ਹੈ ਜੋ ਕਿ ਡਿਫੋਲਟਰਸ ਹੈ ਜੋ ਸਾਡੇ ਏਰੀਏ 'ਤੇ ਆ ਕੇ ਕੋਈ ਇਲੀਗਲ ਜਾਂ ਫਿਰ ਕ੍ਰਿਮੀਨਲ ਐਕਟੀਵਿਟੀ ਕਰਨਾ ਚਾਹੁੰਦੇ ਹਾਂ ਉਹਨਾਂ ਦੀ ਪਲੈਨਿੰਗ ਕਰ ਲਏ ਅਸੀਂ ਇੱਕ ਮੁਹਿੰਮ ਚਲਾਈ ਹੋਈ ਹੈ ਜਿੱਥੇ ਅਸੀਂ ਨਾ ਪਿੱਛੇ ਵੀ ਬੰਦੇ ਰਾਊਂਡ ਅਪ ਕੀਤੇ ਹੈ ਪਿਛਲੇ ਹਫਤੇ ਵੀ ਅਸੀਂ 7 ਵੈਪਨਸ ਰਿਕਵਰ ਕੀਤੇ ਸੀ ਇਸ ਹਫਤੇ ਵੀ ਅਸੀਂ 2 ਡਿਫਰੈਂਟ 3 ਵਾਰਦਾਤੋਂ ਮੇ 7 ਵੈਪਨਸ ਟੋਟਲ ਰਿਕਵਰ ਕੀਤੇ ਹੈ ਉਹਦੇ ਵਿੱਚ ਸਭ ਤੋਂ ਪਹਿਲਾਂ ਜੋ ਪਿਛਲੇ ਹਫਤੇ ਅਸੀਂ 3 ਬੰਦੇ ਰਾਊਂਡ ਅਪ ਕੀਤੇ ਸੀ ਫਰਦਰ ਇੰਟਰੋਗੇਸ਼ਨ ਦੇ ਦੌਰਾਨ ਉਹਨਾਂ ਤੋਂ ਹੀ ਅਸੀਂ 3 ਵੈਪਨਸ ਫਰਦਰ 5 ਵੈਪਨਸ ਫਰਦਰ ਰਿਕਵਰ ਕੀਤੇ ਹੈ ਉਹਨਾਂ ਦੇ ਨਾਮ ਹੈ ਸੁਖਵੰਤ ਸਿੰਘ ਅਜੇ ਕੁਮਾਰ ਔਰ ਰੋਸ਼ਨ ਸਿੰਘ ਹੈ ਨਾ ਇਹਨਾਂ ਤੋਂ ਅਸੀਂ 5 ਵੈਪਨ ਫਰਦਰ ਰਿਕਵਰ ਕੀਤੇ ਹੈ ਜਿਹੜੇ ਹੈ ਤੁਹਾਡੇ 5 ਪਿਸਟਲ 32 ਬੋਰ ਹੈ ਨਾ ਔਰ ਫਰਦਰ ਅਸੀਂ 16 ਰਾਊਂਡਸ ਰਿਕਵਰ ਕੀਤੇ ਹੋਏ ਹੈ ਪਿੱਛੇ ਵੀ ਇਹਨਾਂ ਦੇ ਨਾਲ ਇੱਕ ਗੱਡੀ ਸਵਿਫਟ ਗੱਡੀ ਉਹੀ ਸੀ ਔਰ ਇੱਕ ਦੇਸੀ ਕੱਟਾ ਫਰਦਰ 2 ਦਿਨ ਪਹਿਲੇ ਵੀ 3 ਦਿਨ ਪਹਿਲੇ ਇੱਕ ਇੱਥੇ ਸਨੈਚਿੰਗ ਹੋਈ ਸੀ ਜਿੱਥੇ ਜਿਹੜੇ ਮਨੀ ਐਕਸਚੇਂਜ ਵਾਲੇ ਬੰਦੇ ਹੈ ਜੋ ਆਪਣੀ ਰਿਕਵਰੀ ਕਰਕੇ ਰਾਸਤੇ ਦੇ ਵਿੱਚ ਜਾ ਰਹੇ ਸੀ ਉਹਨਾਂ ਨੂੰ 2 ਬੰਦੇ ਨੂੰ ਲੁੱਟ ਕੇ ਉਹਨਾਂ ਤੋਂ ਕਰੀਬ ਕੁਛ ਪੈਸੇ ਉਨਸੇ ਸਨੈਚ ਕਰ ਲਏ ਥੇ ਉਹ ਅਸੀਂ ਬੰਦੇ ਰਾਊਂਡ ਅਪ ਕਰ ਲਈਏ ਉਹਨਾਂ ਦਾ ਨਾਮ ਹੈ ਅਵਤਾਰ ਸਿੰਘ ਉਰਫ ਰਾਣਾ ਰਾਕੇਸ਼ ਕੁਮਾਰ ਉਰਫ ਰਿੱਕੀ
ਇਹ ਦੋਨੋਂ ਬੰਦੇ ਤੋਂ ਅਸੀਂ ਇੱਕ ਪਿਸਤਲ 7.65 5 ਰਾਊਂਡ ਲਾਈਫ ਇਹ ਰਿਕਵਰ ਕੀਤਾ ਹੈ, ਇੱਕ ਦਾਤਰ ਲੋਹਾ, ਮੋਟਰਸਾਈਕਲ ਨੰਬਰੀ PB32 S9002 ਸਪਲੈਂਡਰ, ਦੋ ਮੋਬਾਈਲ ਫੋਨ ਅਤੇ 2700 ਰੁਪਿਆ ਇਹ ਅਸੀਂ ਇਹਨਾਂ ਤੋਂ ਰਿਕਵਰ ਕੀਤਾ ਹੋਇਆ। ਇਹਨਾਂ ਨੇ ਪਿੱਛੇ ਵੀ ਅਸੀਂ ਵੀ ਆਰ ਵੈਰੀਫਾਈਂਗ, ਇਹਨਾਂ ਨੇ ਪਿੱਛੇ ਵੀ ਲੁੱਟਾਂ ਖੋਹ ਕਾਫੀ ਕੀਤੀ ਹੋਈ ਹੈ। ਇੱਦਾਂ ਹੀ ਸੇਮ ਟਾਈਪ ਕਿ ਜਿੰਨੇ ਬੰਦੇ ਰਿਕਵਰੀ ਜੋ ਲੈ ਕੇ ਆਉਂਦੇ ਹੈ ਕਮੇਟੀਆਂ ਕੇ ਪੈਸੇ ਜਾਂ ਫਰਦਰ ਕੋਈ ਜਮ੍ਹਾਂ ਕਰਾਉਂਦਾ ਹੈ ਉਹ ਲੁੱਟ ਖੋਹ ਇਹ ਕਰਦੇ ਹੈ। ਤੀਜਾ, ਅਸੀਂ ਇੱਕ ਬੰਦਾ ਜਿੱਦਾਂ ਕਿ ਸਾਨੂੰ ਇਨਫੋਰਮੇਸ਼ਨ ਸੀ ਕਿ ਇੱਕ ਬੰਦਾ ਇੱਥੇ ਕੋਈ ਆ ਕੇ ਨਾ ਫਗਵਾੜੇ ਦੇ ਵਿੱਚ ਰਹਿ ਰਿਹਾ ਹੈ ਜਿਹਦੇ ਕੋਲ ਪੋਜੈਸ਼ਨ ਦੇ ਵਿੱਚ ਇੱਕ ਇਲੀਗਲ ਵੈਪਨ ਹੈ ਐਂਡ ਹੀ ਇਜ਼ ਇਨਵੋਲਵਡ ਇਨ ਵੇਰੀਅਸ ਕ੍ਰਿਮੀਨਲ ਐਕਟੀਵਿਟੀਜ਼। ਡਿਊਰਿੰਗ ਚੈਕਿੰਗ ਐਂਡ ਸਰਚ ਅਸੀਂ ਇੱਕ ਬੰਦੇ ਨੂੰ ਰਾਊਂਡ ਅਪ ਕੀਤਾ ਹੈ, ਇਹਦਾ ਨਾਮ ਹੈ ਦਿਲਦਾਰ ਸਿੰਘ ਔਰ ਇਹ ਅੰਮ੍ਰਿਤਸਰ ਦਾ ਰਹਿਣ ਵਾਲਾ ਹੈ। ਇਹਦੇ ਤੋਂ ਅਸੀਂ ਇੱਕ ਪਿਸਟਲ ਬਰੇਟਾ ਇਹ ਰਿਕਵਰ ਕੀਤਾ ਹੈ, 15 ਲਾਈਵ ਰਾਊਂਡਸ, 9,80,000 ਰੁਪਿਆ, ਇੱਕ ਕਾਰ ਸਵਿਫਟ PB02 EP7800 ਔਰ 6 ਪਾਸਪੋਰਟ ਅਸੀਂ ਰਿਕਵਰ ਕੀਤੇ ਹੋਏ ਹਨ। ਫਰਦਰ ਇਨਵੈਸਟੀਗੇਸ਼ਨ ਅਸੀਂ ਕਰ ਰਹੇ ਹਾਂ ਕਿ ਕਿੱਥੋਂ ਇਹ ਪੈਸਾ ਲੈ ਕੇ ਆਇਆ ਔਰ ਵੈਪਨ ਵੀ ਕਿੱਥੋਂ ਖਰੀਦਿਆ ਇਹਨਾਂ ਨੇ ਔਰ ਕਿਸ ਐਕਟੀਵਿਟੀ ਵਾਸਤੇ ਇਹਨਾਂ ਨੇ ਵੈਪਨ ਔਰ ਇਹ ਪੈਸੇ ਇਹਨੂੰ ਮੋਹਿਆ ਹੋਏ ਹਨ।